ਬਾਲੀਵੁੱਡ ਦੇ ਰੀਮਿਕਸ ਤੋਂ ਆਮ ਲੋਕਾਂ ਦੇ ਨਾਲ ਨਾਲ ਕਈ ਸੈਲੀਬ੍ਰਿਟੀਜ਼ ਵੀ ਅੱਕੇ ਪਏ ਹਨ, ਜਿਨ੍ਹਾਂ ਵਿੱਚ ਇੱਕ ਹਨ ਦਿਲਜੀਤ ਦੋਸਾਂਝ। ਕਿਉਂਕਿ ਜਦ ਕਿਸੇ ਹਿੱਟ ਗਾਣੇ ਦਾ ਬਾਲੀਵੁੱਡ ਰੀਮੇਕ ਕਰਦੇ ਹਨ ਤਾਂ ਉਹ ਉਸਦੀ ਓਰਿਜਨੈਲਿਟੀ ਨੂੰ ਖਤਮ ਕਰ ਕੁਛ ਹੋਰ ਹੀ ਬਣਾ ਦਿੰਦੇ ਹਨ ਜੋ ਕਿਸੇ ਨੂੰ ਵੀ ਪਸੰਦ ਨਹੀਂ ਆਉਂਦਾ। ਜਿੱਦਾਂ ਕਿ ਸਾਨੂੰ ਪਤਾ ਹੈ ਕਿ ਦਿਲਜੀਤ ਦੋਸਾਂਝ ਆਪਣੇ ਇੰਸਟਾ ਅਕਾਊਂਟ 'ਤੇ ਆਪਣੇ ਫੈਨਸ ਨੂੰ ਕੁਕਿੰਗ ਟਿਪਸ ਦਿੰਦੇ ਹੀ ਰਹਿੰਦੇ ਹਨ, ਤਾਂ ਉਹਨਾਂ ਨੇ ਕੁਕਿੰਗ ਕਰਦੇ ਹੋਏ ਬਾਲੀਵੁੱਡ ਨੂੰ ਰੀਮੇਕ ਕਰਕੇ ਗਾਣਾ ਖਰਾਬ ਕਰਨ ਦਾ ਤਾਨਾ ਮਾਰਿਆ। ਲੌਂਗ ਔਰ ਤੀਨ ਲੈਚੀ, ਤੂੰ ਲੌਂਗ ਤੇ ਮੈਂ ਲਾਚੀ, ਤੇਰੇ ਪਿੱਛੇ ਆਚੀ ਆਚੀ, ਜੋ ਬਹੁਤ ਅੱਛਾ ਗਾਣਾ ਬਾਲੀਵੁੱਡ ਨੇ ਖਰਾਬ ਕੀਤਾ ਥਾ, ਤੋ ਯੇ ਉਸਕੇ ਬੋਲ ਮੈਨੇ। ਜਿੱਦਾਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖਿਆ ਹੀ ਹੈ ਕਿ ਦਿਲਜੀਤ ਬਾਲੀਵੁੱਡ ਦਾ ਲੌਂਗ ਲਾਚੀ ਗਾਣੇ ਨੂੰ ਰੀਮੇਕ ਕਰਕੇ ਖਰਾਬ ਕਰਨ ਦੀ ਗੱਲ ਕਰ ਰਹੇ ਹਨ। ਕਿਸੇ ਕੁੜੀ ਨੇ ਉਹਨਾਂ ਨੂੰ ਟਵੀਟ ਕਰਦੇ ਹੋਏ ਇਹ ਪੁੱਛਿਆ ਕਿ ਅਗਰ ਦਿਲਜੀਤ ਨੂੰ ਪਤਾ ਹੈ ਕਿ ਬਾਲੀਵੁੱਡ ਗਾਣੇ ਖਰਾਬ ਕਰ ਦਿੰਦਾ ਹੈ ਤਾਂ ਉਹ ਆਪਣਾ ਪਜਾਮਾ ਗਾਣਾ ਕਿਉਂ ਖਰਾਬ ਹੋਣ ਦੇ ਰਹੇ ਨੇ? ਇਫ ਹੀ ਨੋਸ ਦੈਨ ਵਾਈ ਹੀ ਲੈਟ ਹਿਜ ਓਨ ਪਜਾਮਾ ਸੌਂਗ ਰੂਇਨ ਬਾਏ ਬਾਲੀਵੁੱਡ ਲੋਲ। ਇਸ ਦੇ ਉੱਤੇ ਦਿਲਜੀਤ ਦੋਸਾਂਝ ਨੇ ਇਸ ਕੁੜੀ ਦੇ ਟਵੀਟ ਨੂੰ ਰੀਟਵੀਟ ਕਰਕੇ ਕਿਹਾ ਕਿ ਕਿਉਂਕਿ ਭੈਣ ਜੀ ਮੇਰੇ ਕੋਲ ਰਾਈਟਸ ਨੇ ਉਸ ਗਾਣੇ ਦੇ। ਕੁਝ ਲੋਕ ਕਮੈਂਟ ਕਰਕੇ ਇਹ ਵੀ ਕਹਿ ਰਹੇ ਹਨ ਕਿ ਦਿਲਜੀਤ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਹਿੱਟ ਗਾਣਾ ਰੀਮੇਕ ਲਈ ਬਾਲੀਵੁੱਡ ਨੂੰ ਦੇ ਰਿਹਾ ਹੈ ਤਾਂ ਦਿਲਜੀਤ ਸਿਰਫ ਪੈਸਿਆਂ ਦੀ ਹੀ ਸੋਚ ਰਿਹਾ ਹੈ। ਦਿਲਜੀਤ ਦੋਸਾਂਝ ਦੀ ਇਸ ਟਵੀਟ 'ਤੇ ਸੇਮ ਕੁੜੀ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਥੈਂਕ ਯੂ ਫੋਰ ਲੈਟਿੰਗ ਅਸ ਨੋ, ਵੇਟ ਅ ਮਿਨਟ, ਆਈ ਐਮ ਓਨਲੀ 17, ਹਾਊ ਕੈਨ ਆਈ ਬੀ ਯੋਰ ਭੈਣ ਜੀ, ਐਂਡ ਇਫ ਯੂ ਆਰ ਲੈਟਿੰਗ ਅਸ ਯੋਰ ਫੈਨਸ ਨੋ ਅਬਾਊਟ ਦ ਰਾਈਟ ਐਂਡ ਆਲ ਦੈਟ ਇਟ ਵਾਜ਼ ਨੋਟ ਇਨ ਯੋਰ ਹੈਂਡਸ, ਯੂ ਕੈਨ ਸੇ ਇਟ ਮੋਰ ਰਿਸਪੈਕਟਫੁਲੀ, ਯਾ ਨੋ ਵਾਟ ਆਈ ਮੀਨ ਰਾਈਟ, ਟਵਿੱਟਰ ਯੂਜ਼ਰਸ ਬੀਂਗ ਅ ਬਰਾਊਨ ਆਂਟੀ ਸਨੀਕਿੰਗ ਔਨ ਮਾਈ ਟਵੀਟਸ ਨਾਓ। ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਹਿੱਟ ਗਾਣੇ ਦਾ ਰੀਮੇਕ ਹੋਣਾ ਚਾਹੀਦਾ ਹੈ ਜਾਂ ਨਹੀਂ? ਕੀ ਦਿਲਜੀਤ ਦੋਸਾਂਝ ਪਜਾਮਾ ਗਾਣੇ ਦਾ ਰੀਮੇਕ ਕਰ ਸਹੀ ਕਰ ਰਹੇ ਹਨ? ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ। ਹੋਰ ਵੀ ਲੇਟੈਸਟ ਅਤੇ ਬਾਲੀਵੁੱਡ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।